ਜਦੋਂ ਪੰਜਾਬ ਦੇ ਵਿੱਚ ਸ਼ਾਕਾਹਾਰੀ ਤੇ ਮਾਸਾਹਾਰੀ ਦੀ ਬਹਿਸ ਹੁੰਦੀ ਆ ਤਾਂ ਮਾਸਾਹਾਰੀ ਸਿਰਫ ਇੱਕੋ ਤਰ੍ਹਾਂ ਨਹੀਂ ਹੁੰਦੇ ਆ ਪਰ ਸ਼ਾਕਾਹਾਰੀ 7-8 ਤਰ੍ਹਾਂ ਦੇ ਹੁੰਦੇ ਆ। ਕਈ ਜਿਹੜੇ ਸ਼ਾਕਾਹਾਰੀ ਆ ਉਹ ਅੰਡੇ ਵਾਲਾ ਕੇਕ ਤਾਂ ਖਾ ਲੈਂਦੇ ਆ ਪਰ ਅੰਡਾ ਨਹੀਂ ਖਾਂਦੇ। ਕਈ ਸ਼ਾਕਾਹਾਰੀ ਤਰੀ ਤਰੀ ਖਾ ਲੈਂਦੇ ਆ ਪਰ ਪੀਸ ਨਹੀਂ ਖਾਂਦੇ। ਕਈ ਸ਼ਾਕਾਹਾਰੀ ਜਦੋਂ ਦਾਰੂ ਪੀਂਦੇ ਆ ਉਦੋਂ ਮੀਟ ਖਾ ਲੈਂਦੇ ਆ ਵੈਸੇ ਨਹੀਂ ਖਾਂਦੇ। ਔਰ ਕਈ ਸ਼ਾਕਾਹਾਰੀ ਜਦੋਂ ਕੋਈ ਵਿਆਹ ਸ਼ਾਦੀ ਹੋਵੇ ਕੋਈ ਬਹੁਤ ਜ਼ਬਰਦਸਤੀ ਉਹਨਾਂ ਨੂੰ ਫੋਰਸ ਕਰੇ ਫਿਰ ਖਾ ਲੈਂਦੇ ਆ ਪਰ ਆਪਦੇ ਮਨੋਂ ਨਹੀਂ ਖਾਂਦੇ ਗੇ। ਔਰ ਸਾਰੇ ਟੌਪ ਕਲਾਸ ਜਿਹੜੇ ਸ਼ਾਕਾਹਾਰੀ ਆ ਉਹ ਕਹਿੰਦੇ ਅਸੀਂ ਮੰਗਲਵਾਰ ਬੁੱਧਵਾਰ ਵੀਰਵਾਰ ਕੁਝ ਦਿਨ ਛੱਡ ਕੇ ਅਸੀਂ ਨਹੀਂ ਖਾਂਦੇ ਬਾਕੀ ਦਿਨਾਂ ਦੇ ਵਿੱਚ ਅਸੀਂ ਪੂਰਾ ਠੋਕ ਕੇ ਖਾਂਦੇ ਹਾਂ। ਇਹ ਕੈਟਾਗਰੀਆਂ ਆਉਂਦੀਆਂ ਏ ਸ਼ਾਕਾਹਾਰੀਆਂ ਦੇ ਵਿੱਚ ਪਰ ਅਸਲ ਦੇ ਵਿੱਚ ਸ਼ਾਕਾਹਾਰੀ ਕੋਈ ਵੀ ਨਹੀਂ ਹੈ ਕੋਈ ਬਣ ਹੀ ਨਹੀਂ ਸਕਦਾ ਗਾ। ਕਾਰਨ ਕੀ ਆ ਸਾਡੀ ਜੀਭ ਦੇ ਉੱਤੇ ਬਹੁਤ ਤਰ੍ਹਾਂ ਦੇ ਜਾਮਸ ਰਹਿੰਦੇ ਆ ਦੁੱਧ ਦੇ ਵਿੱਚ ਦਹੀਂ ਦੇ ਵਿੱਚ ਦਾਲਾਂ ਵੀ ਅੱਖ ਪੌਦੇ ਆ। ਸ਼ਾਕਾਹਾਰੀ ਹੋਣਾ ਅਸੰਭਵ ਹੈ ਕਿਸੇ ਵੀ ਤਰੀਕੇ ਨਾਲ। ਵੈਸੇ ਇਹ ਬਹਿਸ ਮੁੱਕ ਨਹੀਂ ਸਕਦੀਗੀ।